ਬਿਲਕੁਲ ਨਹੀਂ, ਸਾਡੇ ਨਾਲ ਕੀਤੇ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ, ਵਾਅਦਾ ਖਿਲਾਫੀ ਕੀਤੀ ਹੈ। ਅਸੀਂ ਇਹਨਾਂ ਵਾਅਦਾ ਖਿਲਾਫੀ ਦੇ ਖਿਲਾਫ ਜਿਹੜਾ ਮੋਰਚਾ ਹੈਗਾ, ਖੇਤੀ ਨੀਤੀ ਮੋਰਚਾ ਲਾਇਆ ਹੋਇਆ ਹੈਗਾ। ਮਾਂ ਦੇ ਪੁੱਤ ਨੇ ਉਹ ਜਿਹੜੀ ਪਹਿਲ ਸੀ ਸਾਡੀ, ਉਹਨੂੰ ਠੰਡੇ ਵਾਸਤੇ 'ਚ ਪਾ ਕੇ ਥੱਲੇ ਦੱਬ ਲਿਆ ਕੁਰਸੀ ਦੇ ਆਪਣੀ, ਉਹਨੂੰ ਜਗਾਉਣ ਵਾਸਤੇ ਅੱਜ ਪਹਿਲੀ ਤਰੀਕ ਤੋਂ ਲੈ ਕੇ 5 ਤਰੀਕ ਤੱਕ ਅਸੀਂ ਆਪਣਾ ਰਾਸ਼ਨ, ਅਸੀਂ ਆਪਣਾ ਚਾਹ ਦਾ ਜਗਾੜ, ਪਾਣੀ ਸਾਰਾ ਕੁਝ ਲੈ ਕੇ ਆਏ ਹਾਂ। ਘਰਦਿਆਂ ਨੂੰ ਕਿਹਾ ਵੀ ਜੇ ਗੋਲੀ ਮਾਰ ਦੇਣਗੇ ਲੈ ਕੇ ਉੱਥੇ ਚੱਕ ਕੇ ਫੂਕ ਦਿਓ ਬਸ, ਘਰਦਿਆਂ ਨੂੰ ਤਾਂ ਇੰਨਾ ਹੀ ਕਹਿ ਕੇ ਆਏ ਹਾਂ। ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਅਸੀਂ ਲੋਕਾਂ ਦੇ ਪੱਖ ਦੀ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਵਾਂਗੇ, ਜਿਹਦਾ ਅਸੀਂ ਖਰੜਾ ਵੀ ਦੋਨਾਂ ਜਥੇਬੰਦੀਆਂ ਦੇ ਵੱਲੋਂ ਦੇ ਚੁੱਕੇ ਹਾਂ। ਪਰ 2.5 ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ਦੀ ਮੁੱਖ ਮੰਤਰੀ ਜਿਹੜੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ, ਉਹਨੇ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀ ਖੇਤੀ ਨੀਤੀ ਬਾਰੇ ਕੋਈ ਵਿਚਾਰ ਨਹੀਂ ਕੀਤੀ। ਜਦੋਂ ਵੀ ਇਹ ਟਰਾਲੀਆਂ ਨਜ਼ਰ ਆਉਂਦੀਆਂ ਨੇ ਉਦੋਂ ਸਾਨੂੰ ਪਤਾ ਹੁੰਦਾ ਹੈ ਕਿ ਕਿਸਾਨ ਹੁਣ ਇੱਕ ਨਵੇਂ ਪ੍ਰਦਰਸ਼ਨ ਦੇ ਲਈ ਉਤਰੇ ਨੇ, ਪਰ ਹੁਣ ਇਹ ਕੋਈ ਸ਼ੰਭੂ ਬਾਰਡਰ ਜਾਂ ਫਿਰ ਮੋਹਾਲੀ ਤੱਕ ਦਾ ਪ੍ਰਦਰਸ਼ਨ ਨਹੀਂ ਹੈ, ਇਹ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ। ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਪਹੁੰਚਿਆ ਜਾ ਰਿਹਾ ਹੈ। ਪ੍ਰਦਰਸ਼ਨ ਜਿਹੜਾ ਇਹ ਸ਼ੁਰੂ ਹੋਵੇਗਾ, 5 ਦਿਨਾਂ ਦਾ ਪ੍ਰਦਰਸ਼ਨ ਰੱਖਿਆ ਗਿਆ ਹੈ। ਕੀ ਮੰਗਾਂ ਰੱਖੀਆਂ ਉਸ ਬਾਰੇ ਵੀ ਗੱਲਬਾਤ ਕਰਾਂਗੇ। ਕੀ ਮੰਗਾਂ ਨੂੰ ਲੈ ਕੇ ਇਸ ਵਾਰ ਇੱਥੇ ਪਹੁੰਚੇ? ਮੰਗਾਂ ਜੀ ਸਾਡੀਆਂ ਜੀ, ਕਿਸਾਨ ਯੂਨੀਅਨ ਦੀਆਂ ਜੀ, ਅੱਜ ਤੋਂ 2 ਸਾਲ ਪਹਿਲੇ ਜੀ ਸਰਦਾਰ ਜੋਗਿੰਦਰ ਸਿੰਘ ਜੀ ਗ੍ਰਾਹਾਂ ਪ੍ਰਧਾਨ ਸੂਬਾ ਜੀ, ਉਹਨਾਂ ਨੇ ਖਰੜਾ ਤਿਆਰ ਕਰਕੇ ਦਿੱਤਾ ਸੀ ਭਗਵੰਤ ਮਾਨ ਸਰਕਾਰ ਨੂੰ ਵੀ ਸਾਡੀਆਂ ਇਹ 8 ਮੰਗਾਂ ਨੇ, ਇਹ ਮੰਗਾਂ ਨੂੰ ਤੁਰਤ ਲਾਗੂ ਕੀਤਾ ਜਾਵੇ। ਪਰ ਉਹਨੇ ਮਾਂ ਦੇ ਪੁੱਤ ਨੇ ਉਹ ਜਿਹੜੀ ਪਹਿਲ ਸੀ ਸਾਡੀ, ਉਹਨੂੰ ਠੰਡੇ ਵਾਸਤੇ 'ਚ ਪਾ ਕੇ ਥੱਲੇ ਦੱਬ ਲਿਆ ਕੁਰਸੀ ਦੇ ਆਪਣੀ, ਉਹ ਕੱਢੀ ਨਹੀਂ ਹੈਗੀ। ਉਹਨੂੰ ਜਗਾਉਣ ਵਾਸਤੇ ਅੱਜ ਪਹਿਲੀ ਤਰੀਕ ਤੋਂ ਲੈ ਕੇ 5 ਤਰੀਕ ਤੱਕ ਅਸੀਂ ਆਪਣਾ ਰਾਸ਼ਨ, ਅਸੀਂ ਆਪਣਾ ਚਾਹ ਦਾ ਜਗਾੜ, ਪਾਣੀ ਸਾਰਾ ਕੁਝ ਲੈ ਕੇ ਆਏ ਹਾਂ। ਜੇ ਸਾਨੂੰ ਸੂਬਾ ਪ੍ਰਧਾਨ ਕਹੂਗਾ ਵੀ ਅਣਮਿੱਥੇ ਸਮੇਂ ਲਈ ਬਹਿਣਾ, ਤਾਂ ਅਸੀਂ ਅਣਮਿੱਥੇ ਸਮੇਂ ਲਈ ਬਹਿਣ ਵੀ ਤਿਆਰ ਹਾਂ। ਅਸੀਂ 6-6 ਮਹੀਨੇ ਦਾ ਸਮਾਨ ਲੈ ਕੇ ਆਪਣਾ ਨਾਲ ਆਏ ਹਾਂ, ਅਤੇ ਤਿਆਰੀਆਂ ਜਿਹੜੀਆਂ ਨੇ ਉਹ 6 ਮਹੀਨਿਆਂ ਦੀਆਂ ਕਰਕੇ ਆਏ ਹਾਂ। ਵੀ ਹਾਂ, ਤਿਆਰੀਆਂ ਕਰਕੇ ਆਏ ਹਾਂ ਜੀ। ਪਰ ਮੈਂ ਧੰਨਵਾਦ ਕਰਦਾ ਚੰਡੀਗੜ੍ਹ ਪ੍ਰਸ਼ਾਸਨ ਦਾ, ਜਿਨ੍ਹਾਂ ਨੇ 34 ਸੈਕਟਰ ਦੇ ਵਿੱਚ ਸਾਨੂੰ ਜਿਹੜੀ ਉਗਰਾਹਾਂ ਜਥੇਬੰਦੀ ਆ, ਉਹ ਪਹਿਲੀ ਜਥੇਬੰਦੀ ਆ ਜਿਹਨੂੰ ਚੰਡੀਗੜ੍ਹ ਦੇ ਵਿੱਚ ਇੰਟਰੀ ਦਿੱਤੀ ਆ, ਜਿਹਨੂੰ ਗਰਾਊਂਡ ਦਿੱਤਾ। ਮੈਂ ਪ੍ਰਸ਼ਾਸਨ ਦਾ ਅਤੇ DSP SSP ਸਾਹਿਬ ਦਾ ਬਹੁਤ ਜਥੇਬੰਦੀ ਵੱਲੋਂ ਧੰਨਵਾਦ ਕਰਦਾ ਹਾਂ ਅਤੇ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ ਨੇ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਸ਼ੁਰੂ ਹੋ ਗਈਆਂ ਨੇ, ਅਤੇ ਇਹ ਤਿਆਰੀ ਕੋਈ ਮਹੀਨੇ ਦੀ ਜਾਂ 4 ਦਿਨਾਂ ਦੀ ਨਹੀਂ, ਕਿਉਂਕਿ ਤੈਅ ਜਿਹੜਾ ਹੈ ਉਹ ਸਿਰਫ 4 ਦਿਨਾਂ ਦਾ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਸਮਾਨ ਵੀ ਜਿਹੜਾ ਹੈ ਉਹ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਮਾਹੌਲ ਸਾਨੂੰ ਦਿੱਲੀ ਅੰਦੋਲਨ ਦੇ ਵਿੱਚ ਮਿਲਿਆ, ਜੋ ਮਾਹੌਲ ਸਾਨੂੰ ਪਿਛਲੀ ਵਾਰ ਚੰਡੀਗੜ੍ਹ ਦੇ ਵਿੱਚ ਮਿਲਿਆ, ਜੋ ਮਾਹੌਲ ਸਾਨੂੰ ਹੁਣ ਸ਼ੰਭੂ ਬਾਰਡਰ ਦੇ ਵਿੱਚ ਮਿਲਿਆ, ਅਤੇ ਉਹ ਮਾਹੌਲ ਫਿਰ ਤੋਂ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ। ਇਹ ਹੋਣ ਵਾਲਾ ਹੈ, ਹਮੇਸ਼ਾ ਅਸੀਂ ਦੇਖਦੇ ਹਾਂ ਕਿ ਬਰੂਹਾਂ 'ਤੇ ਰੋਕ ਦਿੱਤਾ ਜਾਂਦਾ ਹੈ, ਮੋਹਾਲੀ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਰੋਕ ਦਿੱਤਾ ਜਾਂਦਾ ਹੈ, ਕਦੇ ਦਿੱਲੀ ਦੀਆਂ ਬਰੂਹਾਂ 'ਤੇ ਰੋਕ ਦਿੱਤਾ ਜਾਂਦਾ ਹੈ। ਪਰ ਇਸ ਵਾਰ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਇਹ ਪ੍ਰਦਰਸ਼ਨ 5 ਦਿਨਾਂ ਦਾ ਰਹਿਣ ਵਾਲਾ ਹੈ, ਪੂਰਾ ਮਾਹੌਲ ਵੀ ਤੁਹਾਨੂੰ ਦਿਖਾਵਾਂਗੇ। ਮੰਗਾਂ ਉਹੀ ਨੇ, ਪਰ ਇਸ ਵਾਰ ਲੜਾਈ BJP ਸਰਕਾਰ ਦੇ ਨਾਲ ਨਹੀਂ, ਇਸ ਵਾਰ ਲੜਾਈ ਹੈ ਜੋ ਆਮ ਆਦਮੀ ਪਾਰਟੀ ਦੇ ਨਾਲ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਹੈ
ਉਹ ਜਾਰੀ ਹੈ ਅਤੇ ਇਸ ਪ੍ਰਦਰਸ਼ਨ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਜਿਵੇਂ ਪਹਿਲਾਂ ਆਪਣੀਆਂ ਟਰੈਕਟਰ ਟਰਾਲੀਆਂ ਨੂੰ ਕਮਰੇ ਬਣਾ ਕੇ 6-6 ਮਹੀਨੇ ਸਾਲ ਸਾਲ ਤੱਕ ਬੈਠੇ ਰਹਿੰਦੇ ਨੇ, ਉਹਨਾਂ ਤਿਆਰੀਆਂ ਦੇ ਨਾਲ ਹੀ ਦੁਬਾਰਾ ਜਿਹੜੇ ਨੇ ਕਿਸਾਨ ਇੱਥੇ ਪਹੁੰਚ ਚੁੱਕੇ ਨੇ, ਉਸ ਦੇ ਨਾਲ ਹੀ ਮਹਿਲਾਵਾਂ ਵੀ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਅਤੇ ਤਿਆਰੀਆਂ ਜਿਹੜੀਆਂ ਨੇ ਉਹ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਬੜੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਹੀਆਂ ਨੇ। 2 ਸਤੰਬਰ ਨੂੰ ਇਹਨਾਂ ਨੇ ਜਾਣਾ ਸੀ ਅਤੇ 2 ਸਤੰਬਰ ਤੋਂ ਪਹਿਲਾਂ ਹੀ ਜਿਹੜਾ ਆ 1 ਸਤੰਬਰ ਨੂੰ ਹੀ ਇੱਥੇ ਸਾਰੇ ਜ਼ਿਲ੍ਹਿਆਂ ਤੋਂ ਜਿਹੜੇ ਆ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ। ਤਾਂ ਉਸਦੇ ਨਾਲ ਹੀ ਮਹਿਲਾਵਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੀ ਕੁ ਤਿਆਰੀ ਦੇ ਨਾਲ ਆਏ ਹੋ, ਅੱਜ ਫਿਰ ਇੱਕ ਵਾਰ ਮੋਰਚੇ ਦੇ ਲਈ ਬੈਠੇ ਹੋ, ਉਹਨਾਂ ਹੀ ਜੋਸ਼ ਅੱਜ ਨਜ਼ਰ ਆ ਰਿਹਾ, ਤਿਆਰੀਆਂ ਕਿੰਨੀਆਂ ਗਿਆ? ਅਸੀਂ ਪੰਜਾਬ ਦੀ ਜਿਹੜੀ ਖੇਤੀ ਨੀਤੀ ਹੈ ਵਾਤਾਵਰਨ ਪੱਖੀ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਦੇ ਲਈ ਪੰਜਾਬ ਦੇ 34 ਸੈਕਟਰ ਦੇ ਵਿੱਚ ਆਏ ਹਾਂ। ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਵੱਲੋਂ ਖੇਤੀ ਨੀਤੀ ਮੋਰਚਾ ਲਾ ਚੁੱਕੇ ਹਾਂ। 1 ਸਤੰਬਰ ਤੋਂ ਸ਼ੁਰੂ ਕੀਤਾ ਹੋਇਆ ਹੈਗਾ, ਲਗਾਤਾਰ ਇਹ ਜ਼ਿਆਦਾ ਮੋਰਚਾ ਜਿਹੜਾ ਲੱਗੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਅਸੀਂ ਲੋਕਾਂ ਦੇ ਪੱਖ ਦੀ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਵਾਂਗੇ, ਜਿਹਦਾ ਅਸੀਂ ਖਰੜਾ ਵੀ ਦੋਨਾਂ ਜਥੇਬੰਦੀਆਂ ਦੇ ਵੱਲੋਂ ਦੇ ਚੁੱਕੇ ਹਾਂ। ਪਰ 2.5 ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ਦੀ ਮੁੱਖ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ, ਉਹਨੇ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀ ਖੇਤੀ ਨੀਤੀ ਬਾਰੇ ਕੋਈ ਵਿਚਾਰ ਨਹੀਂ ਕੀਤਾ। ਸਗੋਂ ਦੀ ਜਿਹੜੀ ਖੇਤੀ ਨੀਤੀ ਦੀ ਕਮੇਟੀ ਬਣਾਈ ਵੀ ਸੀ, ਜਿਹੜੇ ਵਿਗਿਆਨੀ ਖੇਤੀ ਪੱਖੀ ਮਾਹਰ ਉਹਦੇ ਵਿੱਚ ਲਏ ਸੀ, ਉਹਦੇ 'ਤੇ ਉਹਨਾਂ ਨੇ ਕੋਈ ਵਿਚਾਰ ਨਹੀਂ ਕੀਤੀ। ਸਗੋਂ ਦੀ ਅਮਰੀਕਾ ਦੇ ਇੱਕ ਕੰਪਨੀ ਹੈ ਜਿਹੜੀ ਉਹਨੂੰ 6 ਕਰੋੜ ਰੁਪਈਆ ਦੇ ਕੇ ਉਹਦੇ 'ਤੇ ਵੀ ਜਿਹੜਾ ਕੋਈ ਵਿਚਾਰ ਨਹੀਂ ਕੀਤਾ। ਸਗੋਂ ਦੀ ਇਸ ਗੱਲ ਨੂੰ ਉਹਨਾਂ ਨੇ ਬਿਲਕੁਲ ਯਾਨੀ ਕਿ ਮਨੋਵਸਥਾ ਉਹਨੂੰ ਭੁਲਾ ਦਿੱਤਾ ਹੈਗਾ ਅਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਹੈ। ਪਿਛਲੇ ਸਾਲ ਵੀ ਅਸੀਂ ਦੇਖਿਆ ਸੀ ਕਿ 3 ਦਿਨਾਂ ਦਾ ਪ੍ਰਦਰਸ਼ਨ ਲਗਾਇਆ ਗਿਆ ਸੀਗਾ ਅਤੇ ਉਸਦਾ ਵੀ ਅਸਰ ਦੇਖਣ ਨੂੰ ਮਿਲਿਆ ਸੀ, ਵਾਅਦੇ ਉਦੋਂ ਵੀ ਕੀਤੇ ਗਏ, ਕਿ ਉਹ ਵਾਅਦੇ ਅੱਜ ਤੱਕ ਪੂਰੇ ਹੋਏ ਜੋ ਤੁਹਾਨੂੰ ਦੁਬਾਰਾ ਫਿਰ ਆਉਣਾ ਪੈ ਗਿਆ? ਬਿਲਕੁਲ ਨਹੀਂ, ਸਾਡੇ ਨਾਲ ਕੀਤੇ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ, ਵਾਅਦਾ ਖਿਲਾਫੀ ਕੀਤੀ ਹੈ। ਅਸੀਂ ਇਹਨਾਂ ਵਾਅਦਾ ਖਿਲਾਫੀ ਦੇ ਖਿਲਾਫ ਜਿਹੜਾ ਮੋਰਚਾ ਹੈਗਾ ਖੇਤੀ ਨੀਤੀ ਮੋਰਚਾ ਲਾਇਆ ਹੋਇਆ ਹੈਗਾ, ਅਸੀਂ ਆਪਦੀਆਂ ਮੰਗਾਂ ਮਨਾਉਣ ਤੱਕ ਇਹ ਮੋਰਚਾ ਲਾਇਆ ਹੈਗਾ, ਅਸੀਂ ਆਪਦੀਆਂ ਮੰਗਾਂ ਮਨਾਵਾਂਗੇ। ਇੱਕ ਪਾਸੇ ਪੰਜਾਬ ਦੀ ਵਿਧਾਨ ਸਰਕਾਰ ਦਾ ਸੈਸ਼ਨ ਹੋ ਰਿਹਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਨਵੇਂ ਨਵੇਂ ਕਾਨੂੰਨ ਬਣਾਉਣੇ ਹੈਗੇ ਆ, ਅਤੇ ਅਸੀਂ ਆਪਦੀ ਆਵਾਜ਼ ਆ ਜਿਹੜੀ ਉਹ ਸੈਸ਼ਨ ਤੱਕ ਲੈ ਕੇ ਜਾਣੀ ਹੈਗੀ ਹੈ ਅਤੇ ਆਪਦੀਆਂ ਮੰਗਾਂ ਮਨਾਉਣੀਆਂ ਨੇ। ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਲਈ ਹੈ, 5 ਦਿਨਾਂ ਦਾ ਕਹਿ ਕੇ ਆਏ ਹੋ, ਤਿਆਰੀ ਵੀ 5 ਦਿਨਾਂ ਦੀ ਕਰਕੇ ਆਏ ਹੋ ਜਾਂ ਲੰਬੇ ਸਮੇਂ ਦੀ ਹੋ ਸਕਦੀ? ਇਹਨਾਂ ਦੀ ਤਿਆਰੀ ਨਹੀਂ ਕਰਕੇ, ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਾਡੀ ਗੱਲ ਮੰਗਾਂ ਦੀ ਸੁਣਵਾਈ ਨਹੀਂ ਹੁੰਦੀ, ਤਾਂ ਇਹ ਮੋਰਚਾ ਵੱਧ ਵੀ ਸਕਦਾ ਹੈਗਾ। ਸਾਡੀ ਸੂਬਾ ਕਮੇਟੀ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ 4 ਤਰੀਕ ਨੂੰ ਮੀਟਿੰਗ ਕਰੂਗੀ, ਉਸ ਤੋਂ ਬਾਅਦ ਗਾਂਹ ਇਹ ਵਿਚਾਰ ਬਣੂਗਾ ਕਿ ਇਹ ਮੋਰਚਾ ਵੱਧ ਵੀ ਸਕਦਾ। ਇਹ ਜ਼ਰੂਰੀ ਨਹੀਂ ਕਿ 5 ਤੱਕ ਹੀ ਚੱਲੇ, ਇਹ ਗਾਂਹ ਵਿਚਾਰਿਆ ਜਾਊਗਾ ਜੇ ਸਾਡੀਆਂ ਮੰਗਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ। ਤੁਸੀਂ ਪਹਿਲਾਂ ਹੀ ਸੋਚ ਕੇ ਆਏ ਹੋ ਕਿ ਤਿਆਰੀ ਇਸ ਤਰ੍ਹਾਂ ਕਰਕੇ ਆਏ ਹੋ, ਘਰ ਬੋਲ ਕੇ ਆਏ ਹੋ ਕਿ ਲੰਬੇ ਸਮੇਂ ਤੱਕ ਬੈਠਣਾ ਪਵੇ? ਫੁੱਲ ਤਿਆਰੀ, ਫੁੱਲ ਤਿਆਰੀ। ਘਰਦਿਆਂ ਨੂੰ ਕਿਹਾ ਵੀ ਜੇ ਗੋਲੀ ਮਾਰ ਦੇਣਗੇ ਲੈ ਕੇ ਉੱਥੇ ਚੱਕ ਕੇ ਫੂਕ ਦਿਓ, ਬਸ ਘਰਦਿਆਂ ਨੂੰ ਤਾਂ ਇੰਨਾ ਹੀ ਕਹਿ ਕੇ ਆਏ ਹਾਂ, ਫੁੱਲ ਤਿਆਰੀ 'ਤੇ ਆਏ ਹਾਂ ਅਸੀਂ ਤਾਂ। ਨਹੀਂ, ਗੱਲਾਂ 'ਚ ਆਉਂਗੇ ਸਰਕਾਰ? ਅਸੀਂ ਕਿਸੇ ਦੀਆਂ ਗੱਲਾਂ 'ਚ, ਅਸੀਂ ਤਾਂ ਪਹਿਲਾਂ ਵੀ ਨਹੀਂ ਆਏ, ਅਸੀਂ ਤਾਂ ਟਾਈਮ ਦਿੰਦੇ ਹਾਂ ਸਰਕਾਰ ਨੂੰ ਵੀ ਸਰਕਾਰ ਸੁਧਰ ਜੇ, ਸੁਧਰ ਜੇ ਲੋਕ ਪੱਖੀ ਗਿਆ ਕਿਸਾਨ ਪੱਖੀ ਮਜ਼ਦੂਰ ਪੱਖੀ ਨੀਤੀਆਂ ਬਣਾਵੇ ਅਤੇ ਲੋਕਾਂ ਨੂੰ ਭੁੱਖੇ ਮਾਰਨ 'ਤੇ ਨਾ ਛੱਡੇ। ਅਸੀਂ ਸੰਘਰਸ਼ ਉਦੋਂ ਤੱਕ ਕਰਦੇ ਰਹਾਂਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਬਿਲਕੁਲ ਤੁਸੀਂ ਇਕੱਠ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਜਿਹੜੀਆਂ ਨੇ ਉਹ ਪਹੁੰਚ ਗਈਆਂ ਨੇ, ਤਿਆਰੀ ਪੂਰੀ ਕਰੀਆਂ ਨੇ, ਅਤੇ ਤਿਆਰੀ ਕੋਈ ਥੋੜ੍ਹੇ ਸਮੇਂ ਦੀ ਨਹੀਂ ਕੀਤੀ, ਤਿਆਰੀ ਬਹੁਤ ਹੀ ਜ਼ਿਆਦਾ ਲੰਬੇ ਸਮੇਂ ਦੀ ਕਰਕੇ ਆਇਆ। ਪਹਿਲਾਂ ਵੀ ਅਸੀਂ ਦੇਖਿਆ ਸੀ ਕਿ 3 ਦਿਨ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਉਹ ਸੁਧਰ ਗਈਆਂ ਸੀ, ਪਰ ਇਸ ਵਾਰ ਦੀ ਤਿਆਰੀ ਜਿਹੜੀ ਹੈ ਉਹ ਲੰਬੇ ਸਮੇਂ ਦੇ ਲਈ ਇਹ ਤਿਆਰੀ ਰਹੇਗੀ, ਅਤੇ ਇਸ ਤਿਆਰੀ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਉਹ ਵੀ ਪਹੁੰਚੇ ਆ। ਹਾਲੇ ਸ਼ੁਰੂਆਤ ਕਰ ਲੂ ਆ, ਅਤੇ ਅੱਜ ਹੀ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ, ਅਤੇ ਹੁਣ ਜਿਹੜੀ ਆ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਇਸ ਵਾਰ ਵੀ ਕਿਸਾਨਾਂ ਨੂੰ ਸਿਰਫ ਇੱਕ ਹੌਂਸਲਾ ਦੇ ਕੇ ਵਾਪਸ ਭੇਜਿਆ ਜਾਵੇਗਾ ਜਾਂ ਫਿਰ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ, ਕਿਉਂਕਿ 2 ਸਤੰਬਰ ਨੂੰ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ, 3 ਦਿਨ ਦਾ ਸੈਸ਼ਨ ਰਹੇਗਾ, ਅਤੇ ਉੱਥੇ ਹੀ 2 ਸਤੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਵੱਡਾ ਮੋਰਚਾ ਜਿਹੜਾ ਹੈ ਉਹ ਚੰਡੀਗੜ੍ਹ ਦੀ ਧਰਤੀ ਦੇ ਉੱਤੇ ਲੱਗਣ ਜਾ ਰਿਹਾ ਹੈ। ਤਾਂ ਹੁਣ ਇਹ ਦੇਖਣਾ ਹੋਵੇਗਾ, ਇੱਕ ਪਾਸੇ ਸ਼ੰਭੂ ਬਾਰਡਰ 'ਤੇ ਕਿਸਾਨ ਬੈਠੇ ਹੋਏ ਨੇ, ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਪ੍ਰਦਰਸ਼ਨ ਹੈ ਚੰਡੀਗੜ੍ਹ ਦੇ ਵਿੱਚ ਕੀਤਾ ਜਾ ਰਿਹਾ। ਕੀ ਇਸ ਸੈਸ਼ਨ ਦੇ ਵਿੱਚ ਕੋਈ ਅਜਿਹਾ ਕਾਨੂੰਨ ਲਿਆਂਦਾ ਜਾਵੇਗਾ ਜੋ ਕਿ ਕਿਸਾਨ ਪੱਖੀ ਹੋਵੇ? ਤਾਂ ਇਹ ਸਾਰੀਆਂ ਚੀਜ਼ਾਂ ਹੁਣ ਦੇਖਣ ਵਾਲੀਆਂ ਨੇ, ਕਿਉਂਕਿ ਮਾਹੌਲ ਪਰ ਪੂਰਨ ਤੌਰ 'ਤੇ ਗਰਮਾ ਚੁੱਕਿਆ ਹੈ। ਵੀਡੀਓ ਜਰਨਲਿਸਟ ਲਾਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।